ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਇੱਦਾਂ ਹੀ ਮੇਰੀ ਚੈਨਲ ਨੂੰ ਪਿਆਰ ਦਿੰਦੇ ਰਹੋ। ਤੁਹਾਡਾ ਬਹੁਤ ਸਾਰਾ ਥੈਂਕ ਯੂ ਜੀ। ਅੱਜ ਦੇਖੋ ਵਲੌਗ ਦੀ ਸ਼ੁਰੂਆਤ ਮੈਂ ਕਰਨ ਲੱਗੀ ਸੀ ਅਤੇ ਅੱਜ ਸੀਗਾ ਦਿਨ ਸੰਡੇ ਦਾ, ਠੀਕ ਹੈ ਜੀ। ਇੱਧਰ ਕਰਨ ਲੱਗੇ ਸੀ ਆਪਾਂ, ਦੇਖੋ ਲਿਪ ਪਵਾਉਣ ਲੱਗੇ ਸੀ। ਕਹਿੰਦੇ ਨਾ ਵੀ ਸੰਡੇ ਨੂੰ ਤਾਂ ਵੈਸੇ ਵੀ ਕਹਿੰਦੇ ਅੱਛਾ ਲੱਗਦਾ। ਵੈਸੇ ਤਾਂ ਇੱਥੇ ਸਾਰਾ ਮੇਰਾ ਪੱਕਾ ਫਰਸ਼ ਹੈ, ਇਹ ਵੀ ਦੀਵਾਰ ਬਿਲਕੁਲ ਪੱਕੀ ਹੈ ਅਤੇ ਮੇਰਾ ਬੜਾ ਮਨ ਕਰ ਰਿਹਾ ਕਿ ਮੈਂ ਇਹਨੂੰ ਕੱਚਾ ਜਿਹਾ ਬਣਾ ਕੇ ਡੈਕੋਰੇਸ਼ਨ ਵਗੈਰਾ ਕਰਾਂ, ਅਤੇ ਜਿਵੇਂ ਚੁੱਲ੍ਹਾ ਯੂਜ਼ ਕਰਦੀ ਹੈ ਅਤੇ ਚੁੱਲ੍ਹੇ ਵਾਲੀ ਮਤਲਬ ਪੂਰੀ ਫੀਲਿੰਗ ਮੈਨੂੰ ਕੱਚੇਪਨ ਦੀ ਆਉਣੀ ਚਾਹੀਦੀ ਹੈ ਕਿ ਕੱਚਾ ਜਿਵੇਂ ਘਰ ਹੁੰਦਾ ਸੀ ਨਾ ਇੱਦਾਂ। ਅਤੇ ਆਹ ਦੇਖੋ ਜੀ, ਇਹ ਥੋੜ੍ਹਾ ਜਿਹਾ ਛੋਟਾ ਜਿਹਾ ਡਰਾਈ ਫਰੂਟ ਤਾਂ ਮੇਰੇ ਕੋਲ ਉਹ ਸੀਗਾ, ਡਰਾਈ ਫਰੂਟ ਆਇਆ ਸੀ ਨਾ, ਅਤੇ ਮੇਰਾ ਬੜਾ ਮਨ ਕੀਤਾ, ਮੈਂ ਮਿੱਟੀ ਲਾ ਕੇ ਇੱਥੇ ਲਾ ਦਿੱਤਾ। ਅਤੇ ਆਹ ਦੇਖੋ ਦੀਦੀ ਕੋਲੋਂ ਕਰਵਾ ਰਹੀ ਸੀ ਮੈਂ, ਇੱਥੇ ਜਿਹੜੀ ਜਿੱਥੇ ਜਿੱਥੇ ਥੋੜ੍ਹੀ ਜਿਹੀ ਮਤਲਬ ਦੀਵਾਰਾਂ ਜਿਹੀਆਂ ਦੇ ਵਿੱਚ ਟੋਏ ਜਿਹੇ ਨੇ ਨਾ, ਅਤੇ ਮੈਂ ਕਿਹਾ ਚਲੋ ਇਹਦੇ 'ਚ ਭਰਤ ਜੀ ਭਰ ਦੇ ਪਹਿਲਾਂ ਮਿੱਟੀ ਪਾ ਕੇ, ਅਤੇ ਗੋਬਰ ਲਾ ਕੇ, ਅਤੇ ਇੱਧਰ ਮੰਗਵਾ ਲਿਆ ਗੋਬਰ, ਇਹਦੇ ਵਿੱਚ ਮਿੱਟੀ ਰਲਾ ਕੇ ਹੁਣ ਮੈਂ ਇੱਥੋਂ ਪੂਰਾ, ਮੈਂ ਕਿਹਾ ਦੀਦੀ ਨੂੰ ਕਿਹਾ ਲਿਪ ਦਿਉ। ਅਤੇ ਇੱਧਰ ਤੁਹਾਨੂੰ ਪਤਾ ਹੀ ਹੈ, ਤੁਸੀਂ ਦੇਖਦੇ ਹੋ ਕਿ ਡੇਲੀ ਦੋ ਚੁੱਲ੍ਹੇ ਤਾਂ ਮੇਰੇ ਹੈਗੇ ਹੀ ਹੈਗੇ ਨੇ, ਅਤੇ ਇੱਕ ਮੈਂ ਛੋਟਾ ਜਿਹਾ ਚੁੱਲ੍ਹਾ ਮਤਲਬ ਇੱਧਰ ਹੀ ਰੱਖਾਂਗੇ। ਅਤੇ ਆਹ ਵਾਲੀ ਦੇਖੋ ਜੀ, ਹਾਰੀ ਬਣ ਗਈ ਸਾਡੀ, ਤਿਆਰ ਹੋ ਗਈ, ਅਤੇ ਛੋਟੀ ਜਿਹੀ ਚੁੱਲ੍ਹੀ ਤਿਆਰ ਹੋ ਗਈ ਹੈ। ਇਹ ਚੁੱਲ੍ਹਾ ਅਤੇ ਹਾਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਚੰਡੀਗੜ੍ਹ ਲੈ ਕੇ ਜਾਣਾ, ਮੈਰੀਆ ਜਾਣ ਦੀਆਂ ਤਿਆਰੀਆਂ ਥੋੜ੍ਹੇ ਦਿਨਾਂ ਤੱਕ ਚੱਲ ਹੀ ਜਾਵਾਂਗੇ। ਦੇਖੋ ਜਾਣਾ ਹੁਣ, ਪਹਿਲਾਂ ਵੀ ਮੈਨੂੰ ਭੈਣਾਂ ਨੇ ਕਮੈਂਟ ਕੀਤਾ, ਹਾਂ ਪ੍ਰੀਤ ਪ੍ਰੀਤ ਠੀਕ ਹੈ, ਮੈਨੂੰ ਕਮੈਂਟ ਆਇਆ। ਅਤੇ ਲੋ ਗਾਈਜ਼, ਆ ਦੇਖੋ ਸਾਫ਼ ਸੁਥਰਾ ਹੋ ਗਿਆ, ਬੱਜ ਗਿਆ ਹੈ ਨਾ ਪੋਚਾ, ਬਹੁਤ ਸੋਹਣੀ ਧੁੱਪ ਜੀ ਚੜ੍ਹੀ ਹੋਈ ਹੈ, ਸੁੱਕ ਜਾਏਗਾ। ਅਤੇ ਆ ਦੇਖੋ ਦੀਵਾਰ ਵੀ ਲਿਪ ਦਿੱਤੀ ਹੈ, ਹੁਣ ਇੱਥੇ ਮੈਂ ਕਰਾਂਗੀ ਸੈਟਿੰਗ। ਅਤੇ ਆ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਨਾ, ਲਿਪਿਆ ਹੋਇਆ ਕਿੰਨਾ ਸੋਹਣਾ ਲੱਗਦਾ, ਮਿੱਟੀ ਪਾ ਕੇ ਲਿਪਿਆ। ਅਤੇ ਲਓ ਜੀ ਆ ਦੇਖੋ ਲਿਪਿਆ, ਮੈਨੂੰ ਕਮੈਂਟ ਕਰਕੇ ਨਾ ਜ਼ਰੂਰ ਦੱਸਿਓ ਕਿਹੜੀਆਂ ਕਿਹੜੀਆਂ ਭੈਣਾਂ ਨੂੰ ਮਤਲਬ ਐਂ ਵੀ ਲਿਪਿਆ ਹੋਇਆ ਅਤੇ ਇਹੋ ਜਿਹੀਆਂ ਚੀਜ਼ਾਂ ਪਸੰਦ ਹੈ, ਮੈਨੂੰ ਜ਼ਰੂਰ ਕਮੈਂਟ ਕਰਿਓ। ਬਹੁਤ ਸਾਰੀਆਂ ਭੈਣਾਂ ਮੈਨੂੰ ਬੜੇ ਅੱਛੇ ਅੱਛੇ ਵਿਊ ਆਉਂਦੇ ਆ, ਪਰ ਮੈਨੂੰ ਕਮੈਂਟ ਅਤੇ ਲਾਈਕ ਤਾਂ ਪਤਾ ਨਹੀਂ ਕਿਉਂ ਬਹੁਤ ਹੀ ਘੱਟ ਆਉਂਦੇ ਆ। ਮੈਨੂੰ ਬਹੁਤ ਦੁੱਖ ਆਉਂਦਾ ਇਸ ਚੀਜ਼ ਦਾ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਡਾ ਇਹ ਹਾਲ ਹੈ, ਹੈ ਨਾ। ਬੜਾ ਦੁੱਖ ਜਾਂਦਾ ਵੀ ਇੰਨੇ ਨੇ ਅੱਛੇ ਮੇਰੇ ਨਾਲ ਮਤਲਬ ਭੈਣ ਭਰਾ ਜੁੜੇ ਹੋਏ ਆ ਅਤੇ ਬਿਲਕੁਲ ਵੀ ਲਾਈਕ ਨਹੀਂ ਆਉਂਦੇ, ਕਮੈਂਟ ਬਹੁਤ ਘੱਟ ਆਉਂਦੇ, ਮਤਲਬ ਜੀ ਜਿਹਾ ਦੁਖੀ ਹੁੰਦਾ। ਪਰ ਫਿਰ ਵੀ ਚਲੋ ਵਾਹਿਗੁਰੂ ਦੀ ਦਿਆ ਨਾਲ ਬਹੁਤ ਕੁਛ ਹੈ, ਜੋ ਕਹਿੰਦੇ ਰੱਬ ਤਿਲ ਫੁੱਲ ਦਿੰਦਾ ਉਹਦੇ 'ਚ ਹੀ ਖੁਸ਼ ਰਹਿਣਾ ਚਾਹੀਦਾ, ਹੈ ਨਾ ਜੀ। ਇੱਧਰ ਆਪਾਂ ਕਰਨ ਲੱਗੇ ਸੀ ਰਸੋਈ ਸਾਫ਼, ਸਵੇਰ ਦਾ ਕੰਮ ਆਪਾਂ ਕਰ ਚੁੱਕੇ ਸੀਗੇ, ਅਤੇ ਮੈਂ ਕਿਹਾ ਚਲੋ ਰਸੋਈ ਦੀ ਸਫਾਈ ਕਰਦਾ। ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਦੁਪਹਿਰ ਦੀਆਂ ਜਿਵੇਂ ਕੰਮ ਦੇ ਸ਼ੁਰੂ ਹੋ ਜਾਂਦੇ, ਕੋਈ ਸਬਜ਼ੀ ਬਣਾਓ, ਕਦੀ ਕੁਛ ਕਰੋ। ਅਤੇ ਮੈਂ ਇੱਧਰ ਆਇਆ ਸੀ, ਸਾਡੇ ਮੇਰੀ ਮਾਸੀ ਜੀ ਆਏ ਸੀ ਅੱਜ ਕਾਰਡ ਦੇਣ। ਗਾਈਜ਼ ਮੈਂ ਤੁਹਾਡੇ ਨਾਲ ਉਹ ਵੀ ਦਿਖਾਊਂਗੀ ਤੁਹਾਨੂੰ, ਅੱਜ ਆਇਆ ਸਾਨੂੰ ਵਿਆਹ ਦਾ ਸੱਦਾ ਆ ਗਿਆ ਜੀ, ਵਿਆਹ ਹੈ ਮੇਰੇ ਭਰਾ ਦਾ। ਅਤੇ ਮੈਂ ਕਿਹਾ ਚਲੋ ਹੁਣ ਉਹ ਵੀ ਤਿਆਰੀਆਂ ਸ਼ੁਰੂ ਹੋ ਜਾਣਗੀਆਂ, ਉਹ ਵੀ ਤੁਹਾਡੇ ਕੋਲ ਨਾਲ ਵਲੌਗ ਦੀ ਜ਼ਰੂਰ ਮਤਲਬ ਸਾਂਝਾ ਕਰੂੰਗੀ। ਅਤੇ ਇੱਧਰ ਬਣੇ ਰਹੋ ਤੁਸੀਂ, ਆ ਦੇਖੋ ਜੀ ਛੋਟੇ ਛੋਟੇ ਕੰਮ, ਮੈਂ ਕਿਹਾ ਸੀ ਚਲੋ ਇੱਧਰ ਸਫਾਈ ਕਰ ਲਈਏ। ਵੇਖ ਕਦੀ ਕਦੀ ਨਾ ਮਤਲਬ ਮੇਰੇ ਮਨ 'ਚ ਜਿਵੇਂ ਸੋਚਦੀਆਂ ਤਾਂ ਆਉਂਦਾ ਵੀ ਹਾਏ ਮੈਨੂੰ ਇੰਨੇ ਲਾਈਕ ਘੱਟ ਕਿਉਂ ਆਉਂਦੇ ਹੈ, ਇੰਨੀ ਮਿਹਨਤ ਕਰਦੇ ਹਾਂ। ਪਲੀਜ਼ ਪਿਆਰਾ ਜਿਹਾ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਬਹੁਤ ਅੱਛਾ ਲੱਗਦਾ, ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਠੀਕ ਹੈ ਜੀ, ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ, ਮੈਨੂੰ ਬੜਾ ਅੱਛਾ ਲੱਗਦਾ। ਚਲੋ ਗਾਈਸ, ਇੱਧਰ ਆ ਗਿਆ ਸਾਨੂੰ ਵਿਆਹ ਦਾ ਸੱਦਾ, ਹੁਣ ਆਪਾਂ ਵਿਆਹ 'ਤੇ ਜਾਵਾਂਗੇ। ਫਿਲਹਾਲ ਤਾਂ ਵਿਆਹ ਹਾਲੇ ਨਹੀਂ ਹੈਗਾ, ਵਿਆਹ ਆਏ ਦਾ ਸੱਦਾ ਪਹਿਲਾਂ ਆ ਗਿਆ 20-25 ਦਿਨ ਪਹਿਲਾਂ, ਠੀਕ ਹੈ ਜੀ। ਨਵੰਬਰ ਦੇ ਸਟਾਰਟਿੰਗ ਦੇ ਵਿੱਚ ਵਿਆਹ ਹੈ ਅਤੇ ਇੱਧਰ ਆਏ ਸਾਨੂੰ, ਆ ਦੇਖੋ ਜੀ ਭਾਜੀ, ਇਹ ਆਏ ਲੱਡੂ, ਇੱਧਰ ਆਇਆ ਤੁਹਾਨੂੰ ਖਵਾ ਦਿੰਦੇ ਹਾਂ ਸਿੰਮੀ ਲੱਕੇ, ਵੈਸੇ ਖਾ ਵੀ ਲਿਆ ਸਾਰਿਆਂ ਨੇ ਵਿੱਚੋਂ, ਠੀਕ ਹੈ ਜੀ। ਇਹ ਆਏ ਸਾਡੇ ਲਈ ਕੱਪੜੇ, ਵਿਆਹ ਹੈ ਜੀ ਮੇਰੀ ਮਾਸੀ ਦੇ ਮੁੰਡੇ ਦਾ, ਠੀਕ ਹੈ ਜੀ। ਮੈਂ ਤੁਹਾਨੂੰ ਵਲੌਗ ਦੇ ਵਿੱਚ ਸਾਰੇ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੀ। ਇਹ ਆਏ ਮੇਰਾ ਸੂਟ, ਠੀਕ ਹੈ ਜੀ, ਮੈਨੂੰ ਦੱਸਿਓ ਕਿੱਦਾਂ ਦਾ ਲੱਗ ਰਿਹਾ, ਵਧੀਆ ਲੱਗ ਰਿਹਾ ਕਿ ਨਹੀਂ ਵਧੀਆ ਲੱਗ ਰਿਹਾ। ਇਹ ਆਇਆ ਨਿਸ਼ਾਨ ਦਾ, ਇਹਦੇ ਪਾਪਾ ਦਾ ਅਤੇ ਹਰਸ਼ ਦਾ, ਹਰਪ੍ਰੀਤ ਦਾ ਅਤੇ ਮੇਰਾ ਅਤੇ ਅੰਮ੍ਰਿਤ ਕੌਰ ਦਾ।
ਅਮਰ ਕੌਰ ਦਾ ਸੂਟ ਹੈ ਜੀ, ਇਹ ਮੇਰਾ, ਠੀਕ ਹੈ ਜੀ। ਬਾਕੀ ਮੈਨੂੰ ਜ਼ਰੂਰ ਦੱਸਿਓ ਕਿ ਇਹ ਵਾਲਾ ਸੂਟ ਮੇਰਾ ਵਧੀਆ ਲੱਗਿਆ, ਨਹੀਂ ਲੱਗਿਆ, ਵੀ ਅੱਛਾ ਵੀ ਲੱਗ ਰਿਹਾ ਕਿ ਨਹੀਂ। ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ, ਤਾਂ ਹੀ ਸਵਾਵਾਂਗੀ ਮੈਂ, ਠੀਕ ਹੈ ਜੀ। ਆ ਜਾਓ ਜਿਹਨੇ ਜਿਹਨੇ ਖਾਣੀ, ਤੁਸੀਂ ਮਠਿਆਈ ਖਾ ਲਓ। ਆਹ ਦੇਖੋ ਜੀ, ਸ਼ਗਨਾਂ ਦੇ ਲੱਡੂ ਹੈ, ਉੱਧਰ ਮਿਲਕ ਕੇਕ ਹੈ। ਬਾਕੀ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ। ਮੈਂ ਕਿਹਾ ਚਲੋ ਵਿਆਹ ਦਾ ਸੱਦਾ ਹੈ, ਤੁਹਾਨੂੰ ਵੀ ਆਪਾਂ ਦਿਖਾ ਦਈਏ ਕਿ ਆਪਾਂ ਹੁਣ ਕਰਾਂਗੇ ਜੀ ਵਿਆਹ ਦੀਆਂ ਤਿਆਰੀਆਂ। ਬਾਕੀ ਘਰ ਦੇ ਛੋਟੇ ਛੋਟੇ ਕੰਮ ਜਿੰਨੇ ਹੁੰਦੇ ਜੀ ਕਰਦੇ ਆ। ਬਾਕੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਜੀ, ਮੇਰੇ ਵਲੌਗ ਦੇ ਵਿੱਚ ਲਾਈਕ ਬਹੁਤ ਘੱਟ ਆਉਂਦੇ ਹੈ, ਬੜੀ ਮਿਹਨਤ ਲੱਗਦੀ ਹੈ ਜੀ ਵਲੌਗ ਬਣਾਉਣ ਦੇ ਵਿੱਚ, ਬੜੀ ਮਤਲਬ ਟਾਈਮ ਲੱਗਦਾ, ਸੌਖਾ ਨਹੀਂ ਹੈਗਾ ਯੂਟਿਊਬ 'ਤੇ ਕੰਮ ਕਰਨਾ। ਅਤੇ ਤੁਹਾਡੇ ਅੱਗੇ ਇਹੀ ਰਿਕੁਐਸਟ ਕਰੂੰਗੀ ਸਾਰਿਆਂ ਭੈਣ ਭਰਾਵਾਂ ਅੱਗੇ ਕਿ ਪਿਆਰਾ ਜਿਹਾ ਲਾਈਕ ਜ਼ਰੂਰ ਦੇ ਦਿਆ ਕਰੋ, ਅਤੇ ਵਧੀਆ ਵਧੀਆ ਕਮੈਂਟ ਕਰਨ ਵਾਲੀਆਂ ਭੈਣਾਂ ਦਾ ਦਿਲੋਂ ਸ਼ੁਕਰੀਆ, ਠੀਕ ਹੈ ਜੀ। ਅਤੇ ਬਾਕੀ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ, ਮੈਨੂੰ ਇੰਨਾ ਸਪੋਰਟ ਕਰਦੇ, ਮੈਨੂੰ ਇੰਨਾ ਪਿਆਰ ਦਿੰਦੇ ਹੋ, ਅਤੇ ਅੱਛੇ ਅੱਛੇ ਕਮੈਂਟ ਕਰਨ ਲਈ। ਬਾਕੀ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਸੁਖੀ ਰਹੋ, ਖੁਸ਼ ਰਹੋ, ਅਤੇ ਮਿਲਦੇ ਹਾਂ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ। ਘਰ ਦੇ ਬਹੁਤ ਸਾਰੇ ਕੰਮ, ਮੈਂ ਕਿਹਾ ਚਲੋ ਇਹ ਵਿਆਹ ਦਾ ਸੱਦਾ ਹੈ, ਮੈਂ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ, ਅਤੇ ਲਓ ਜੀ ਇੱਧਰ ਹੋ ਗਈ ਸੀ ਮੈਂ ਬਹੁਤ ਲੇਟ, ਮੇਰੀ ਕੋਈ ਫਰੈਂਡ ਆ ਕੇ ਮੇਰੇ ਕੋਲ ਬਹਿ ਗਈ ਸੀ, ਬਹੁਤ ਦੇਰ ਲੱਗ ਗਈ ਅਤੇ ਮੇਰੇ ਦਿਮਾਗ 'ਚ ਐਵੇਂ ਹੁਣ ਸਬਜ਼ੀ ਕਿਉਂਕਿ ਹੋ ਗਈ ਸੀ ਜੀ ਇੱਧਰ ਬਹੁਤ ਲੇਟ ਹੋਣ ਦੀ ਵਜ੍ਹਾ ਨਾਲ। ਮੈਂ ਕਿਹਾ ਹੁਣ ਕੀ ਬਣਾਵਾਂ ਕੀ ਬਣਾਵਾਂ, ਬਸ ਆਖਿਰਕਾਰ ਕਹਿੰਦੇ ਹੁੰਦੇ ਨਾ ਮੂੰਗੀ ਮਸਰੀ ਦੀ ਦਾਲ ਜਾਂ ਆਲੂ, ਇਹੀ ਸਾਨੂੰ ਸੁੱਝਦਾ ਹੁੰਦਾ ਫਟਾਫਟ ਵਾਲਾ ਸੌਦਾ। ਅਤੇ ਮੈਂ ਇੱਧਰ ਕੱਟ ਲਏ ਸੀ ਛੋਟੇ ਛੋਟੇ ਗੋਲ ਗੋਲ ਆਲੂ, ਅਤੇ ਮੈਂ ਕਿਹਾ ਚਲੋ ਅੱਜ ਜੀਰੇ ਵਾਲੇ ਆਲੂ ਬਣਾਉਂਦੇ ਹਾਂ। ਨਾਲੇ ਸਾਡੇ ਘਰ ਦੇ ਨਾ ਖਾਸ ਕਰ ਅੰਮ੍ਰਿਤ ਅਤੇ ਸੋਢੀ ਸਾਹਿਬ ਆਲੂਆਂ ਦੇ ਫੈਨ ਹੈ। ਅਤੇ ਲਓ ਗਾਈ ਇੱਧਰ ਬਣਾਉਣ ਲੱਗੇ ਸੀ ਆਪਾਂ ਜੀਰੇ ਵਾਲੇ ਆਲੂ, ਆ ਦੇਖੋ ਜੀਰੇ ਦਾ ਆਪਾਂ ਜੀਰਾ ਪਾ ਲਿਆ, ਹੁਣ ਆਪਾਂ ਇਹਦੇ ਵਿੱਚ ਪਾ ਲਿਆ ਆਪਾਂ ਨਮਕ, ਆਪਣੇ ਟੇਸਟ ਅਨੁਸਾਰ ਹਲਦੀ, ਠੀਕ ਹੈ ਜੀ, ਹਲਕੀ ਜਿਹੀ ਪਾਵਾਂਗੇ ਇਹ 'ਚ ਮਿਰਚ, ਮਿਰਚ ਆਪਾਂ ਦੇਗੀ ਪਾਵਾਂਗੇ ਕਿਉਂਕਿ ਮੈਂ ਲਾਲ ਹਰੀਆਂ ਗਰਾਇੰਡ ਕੀਤੀਆਂ। ਇਹਦੇ 'ਚ ਪਾ ਦਿਓ ਜੀ ਗਰਮ ਮਸਾਲਾ, ਆ ਦੇਖੋ ਜੀ ਮੈਂ ਹਰੀਆਂ ਮਿਰਚਾਂ ਗਰਾਇੰਡ ਕਰ ਲਈਆਂ, ਲਓ ਜੀ ਇੱਧਰ ਕੁਛ ਨਹੀਂ ਸੀ ਸੁੱਜ ਰਿਹਾ ਹੁਣ ਮੈਨੂੰ, ਮੈਂ ਕਿਹਾ ਚਲੋ ਫਟਾਫਟ ਬਣਾ ਦਿੰਦੇ ਹਾਂ ਜੀ ਆਪਾਂ ਜੀਰੇ ਵਾਲੇ ਆਲੂ, ਦਹੀਂ ਬੂੰਦੀ ਵਾਲਾ ਹੋਵੇ ਨਾ ਨਾਲ, ਆਲੂ ਵਧੀਆ ਲੱਗ ਰਹੇ ਹੁੰਦੇ। ਇੱਧਰ ਆਪਾਂ ਜੀਰੇ ਵਾਲੇ ਆਲੂ ਬਣਾਉਣ ਲੱਗੇ, ਇਸ 'ਚ ਪਾਣੀ ਬਿਲਕੁਲ ਨਹੀਂ ਪਾਉਂਦੀ, ਇੱਦਾਂ ਹੀ ਬਹੁਤ ਵਧੀਆ ਬਣ ਜਾਂਦੇ ਆ। ਅਤੇ ਲਓ ਜੀ ਜਦ ਤੱਕ ਸਾਡੇ ਆਲੂ ਬਣਦੇ ਆ ਫਟਾਫਟ ਇੱਧਰ ਗੁੰਨ ਲੈਂਦੇ ਆਪਾਂ ਆਟਾ। ਅਤੇ ਹਾਲੇ ਗਾਈਸ ਮੇਰੀ ਯਾਦ ਨਹੀਂ ਆਇਆ, ਮਤਲਬ ਯਾਦ ਆ ਗਿਆ, ਵੱਡੇ ਵੀਰ ਜੀ ਸਾਡੇ ਨਾਲ ਲੈ ਕੇ ਆਏ ਸੀ ਥੋੜ੍ਹਾ ਸਮਾਨ, ਉਹਨਾਂ ਨੂੰ ਬੜਾ ਹੁੰਦਾ ਜੋ ਵੀ ਦੇਖਣਾ, ਮਤਲਬ ਬਸ ਇਹ ਬਣਾ ਦਿਉ ਇਹ ਬਣਾ ਦਿਉ, ਹਾਲੇ ਸਰਦੀਆਂ ਸ਼ੁਰੂ ਨਹੀਂ ਹੋਏ ਤਾਂ ਥੋੜ੍ਹਾ ਸਮਾਨ ਲੈ ਕੇ ਉਹ ਬਣਾਉਂਗੀ, ਬਹੁਤ ਵਧੀਆ ਚੀਜ਼ ਬਣਾਉਂਗੀ, ਜੋ ਵੀ ਬਣਾਉਂਗੀ ਉਸੇ ਤਰ੍ਹਾਂ ਸੇਮ ਤੁਹਾਡੇ ਨਾਲ ਸ਼ੇਅਰ ਕਰੂੰਗੀ, ਠੀਕ ਹੈ। ਉਹ ਚੀਜ਼ ਬਣਾਉਣੀ, ਸਾਡੇ ਸਰੀਰ 'ਚ ਕਮਜ਼ੋਰੀ ਦਰਦਾਂ ਜੋ ਵੀ ਹੁੰਦੇ ਨਾ, ਸਾਡੇ ਸਰੀਰ ਲਈ ਬਹੁਤ ਤਾਕਤਵਰ ਚੀਜ਼ ਹੈ, ਤਾਂ ਤੁਸੀਂ ਦੇਖਿਓ। ਅਤੇ ਲਓ ਗਾਈਸ ਅੱਜ ਬਣਾਵਾਂਗੇ ਆਪਾਂ ਆਪਣੇ ਮਤਲਬ ਜਿਵੇਂ ਆਪਣੇ ਸਰੀਰ 'ਚ ਕਮਜ਼ੋਰੀ ਜਾਂ ਥਕਾਨ ਮਹਿਸੂਸ ਹੁੰਦੀ ਹੈ ਨਾ ਅਤੇ ਦਰਦਾਂ ਹੁੰਦੀਆਂ, ਉਹਦੇ ਲਈ ਦੇਖੋ ਜੋ ਜੋ ਮਿਲੇ ਹੈ ਮੈਂ ਤੁਹਾਨੂੰ ਵੀਡੀਓ 'ਚ ਉੱਦਾਂ ਹੀ ਸ਼ੇਅਰ ਕਰਦੀ ਜਾ ਗਈ ਹਾਂ। ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ 2 ਚਮਚ ਦੇਸੀ ਘਿਓ ਦੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ, ਠੀਕ ਹੈ ਜੀ। ਇਹ ਫੁੱਲ ਮਖਾਣੇ ਤੁਸੀਂ ਦੇਖਦੇ ਅਕਸਰ ਤੁਸੀਂ ਜਾਣਦੇ ਹੋ, ਇਹਨਾਂ ਦੇ ਵਿੱਚ ਬਹੁਤ ਵਧੀਆ ਕੈਲਸ਼ੀਅਮ ਵੀ ਪਾਈ ਜਾਂਦੀ ਹੈ, ਬਹੁਤ ਟੇਸਟੀ ਵੀ ਬਣਦੇ ਹੈ ਅਤੇ ਕੋਈ ਨੁਕਸਾਨ ਵੀ ਨਹੀਂ ਹੈਗਾ। ਗੈਸ ਨੂੰ ਆਪਾਂ ਫੁੱਲ ਕਰਕੇ ਅਤੇ ਇਹਨੂੰ ਆਪਾਂ ਭੁੰਨ ਲੈਣਾ, ਠੀਕ ਹੈ ਜੀ, ਜਿਵੇਂ ਵਧੀਆ ਤਰੀਕੇ ਨਾਲ ਗਿਆ ਉਹਦੇ 'ਚ ਰੋਸਟ ਕਰ ਲੈਣਾ ਆਪਾਂ ਇਹਨੂੰ, ਐਨ ਕਰੰਚੀ ਕਰੰਚੀ ਜਿਸ ਟਾਈਮ ਹੋ ਜਾਣਗੇ ਨਾ, ਫਿਰ ਉਹਦੇ ਲਈ ਸਮਾਨ ਆਪਾਂ ਹੋਰ ਜੋ ਜੋ ਲਿਆ ਜੋ ਵੀ ਪਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸ਼ੇਅਰ ਕਰੂੰਗੀ, ਠੀਕ ਹੈ ਜੀ। ਜਿਵੇਂ ਤੁਸੀਂ ਵੀ ਅਕਸਰ
ਕਈ ਵਾਰੀ ਹੁੰਦਾ ਨਾ ਸਰੀਰ 'ਚ ਦਰਦਾਂ ਵਗੈਰਾ ਹੁੰਦੀਆਂ ਅਤੇ ਕਮਜ਼ੋਰੀ ਹੋਵੇ ਕੁਛ ਵੀ ਜਾਂ ਯਾਦਾਸ਼ਤ ਕਮਜ਼ੋਰ ਹੋਵੇ ਅਤੇ ਉਹਦੇ ਲਈ ਆਪਾਂ ਬਣਾਉਣ ਲੱਗੇ ਠੀਕ ਹੈ ਜੀ ਅਤੇ ਲਓ ਜੀ ਇਹ ਹੋ ਗਏ ਨੇ ਹੁਣ ਚੰਗੀ ਤਰ੍ਹਾਂ ਰੋਸਟ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਕੱਢ ਲੈਣਾ ਕਿਸੇ ਭਾਂਡੇ 'ਚ ਥੋੜ੍ਹੇ ਠੰਡੇ ਹੋਣ ਲਈ ਜਦੋਂ ਇਹ ਕਰੰਚੀ ਜਿਹੇ ਹੋ ਜਾਣਗੇ ਨਾ ਫਿਰ ਆਪਾਂ ਇਹਨਾਂ ਨੂੰ ਜਦ ਤੱਕ ਲਈ ਰੱਖ ਲੈਣਾ ਠੰਡੇ ਹੋਣ ਲਈ ਠੀਕ ਹੈ ਜੀ ਅਤੇ ਲਓ ਗਾਈਸ ਆਹ ਦੇਖੋ ਜੀ ਇਹ ਲੈ ਲਏ ਆਪਾਂ ਜਿਹੜੇ ਖਰੋਟ ਹੁੰਦੇ ਆ ਠੀਕ ਹੈ ਜੀ ਇਹ ਕਾਜੂ ਦਾ ਟੁਕੜਾ ਇਹ ਆਪਾਂ ਖਰਬੂਜੇ ਦੇ ਬੀਜ ਨਾ ਸੋਰੀ ਤਰਬੂਜ ਦੇ ਬੀਜ ਇਹ ਆ ਖਰਬੂਜੇ ਦੇ ਬੀਜ ਇਹ ਲੈ ਲੈਣੇ ਨੇ ਬਦਾਮ ਇਹ ਚੀਜ਼ਾਂ ਤੁਸੀਂ ਨਾ ਆਪਣੀ ਮਰਜ਼ੀ ਅਨੁਸਾਰ ਲੈ ਸਕਦੇ ਹੋ ਠੀਕ ਹੈ ਇਹਨਾਂ ਨੂੰ ਇਸੇ ਤਰ੍ਹਾਂ ਹੀ ਥੋੜ੍ਹਾ ਜਿਹਾ ਘਿਓ ਪਾ ਕੇ ਹਲਕਾ ਜਿਹਾ ਘਿਓ ਪਾਉਣਾ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਰੋਸਟ ਕਰ ਲੈਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਹਲਕਾ ਹਲਕਾ ਸਾਰੀਆਂ ਚੀਜ਼ਾਂ ਪਾ ਕੇ ਤੁਸੀਂ ਇਹਨਾਂ ਨੂੰ ਰੋਸਟ ਹਲਕਾ ਜਿਹਾ ਕਰ ਲਓ ਇਹ ਆਲਰੇਡੀ ਵੈਸੇ ਵੀ ਇਹਨਾਂ ਸਾਰੀਆਂ ਚੀਜ਼ਾਂ 'ਚ ਘਿਓ ਹੁੰਦਾ ਇਹ 'ਚ ਬਹੁਤ ਘੱਟ ਘਿਓ ਪੈਂਦਾ ਠੀਕ ਹੈ ਜੀ ਆ ਦੇਖੋ ਜੀ ਹੁਣ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹ ਲੈ ਲੈਣੀ ਹੈ ਜੀ ਆਪਾਂ ਸੁੰਡ ਲਓ ਜੀ ਇਹਨੂੰ ਸੁੰਡ ਕਹਿੰਦੇ ਹਾਂ ਸੁੰਡ ਵੀ ਆਪਾਂ ਵਿੱਚ ਪਾ ਲੈਣੀ ਠੀਕ ਹੈ ਜੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਭੁੰਨ ਲੈਣਾ ਇਹਦੇ ਵਿੱਚ ਹੀ ਪਾ ਦੇਣੀ ਹੈ ਤੁਸੀਂ ਵੀ ਹੁਣ ਜਦੋਂ ਲੱਗਿਆ ਨਾ ਤੁਹਾਨੂੰ ਥੋੜ੍ਹਾ ਜਿਹਾ ਭੁੱਜ ਗਿਆ ਆਪਾਂ ਹੁਣ ਇਹਨੂੰ ਆਪਣੇ ਗੈਸ ਨੂੰ ਕਰ ਦਾਂਗੇ ਬੰਦ ਠੀਕ ਹੈ ਜੀ ਲਓ ਜੀ ਗੈਸ ਕਰਕੇ ਬੰਦ ਹੁਣ ਇਹ ਜਿਹੜੇ ਮਖਾਣੇ ਆਪਾਂ ਭੁੰਨੇ ਹੋਏ ਨੇ ਨਾ ਇਹ ਵੀ ਇਹਦੇ ਵਿੱਚ ਹੀ ਆਪਾਂ ਪਾ ਦੇਣੇ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਰਲਾ ਲੈਣਾ ਰਲਾ ਕੇ ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਜੀ ਆਪਣੇ ਟੇਸਟ ਅਨੁਸਾਰ ਜਿੰਨੀ ਤੁਸੀਂ ਖਾਣੀ ਚਾਹੁੰਦੇ ਹੋ ਸ਼ੱਕਰ ਮੈਂ ਆਪਾਂ ਪਾਉਣ ਲੱਗੇ ਹਾਂ ਲਓ ਜੀ ਜੇਕਰ ਤੁਸੀਂ ਜਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੇਸੀ ਖੰਡ ਵੀ ਪਾ ਸਕਦੇ ਹੋ ਆਪਾਂ ਲੈ ਲਈਏ ਜੀ ਸ਼ੱਕਰ ਠੀਕ ਹੈ ਹੁਣ ਇਹਨੂੰ ਇਹਦੇ ਵਿੱਚ ਰਲਾ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਜੀ ਠੰਡਾ ਹੋਣ ਤੱਕ ਇਹਨੂੰ ਵਧੀਆ ਤਰੀਕੇ ਨਾਲ ਇਹਨੂੰ ਗ੍ਰਾਇੰਡ ਕਰ ਲੈਣਾ ਅਤੇ ਲਓ ਗਾਈਸ ਇਹ ਹੋ ਗਿਆ ਹੁਣ ਠੰਡਾ ਆਪਣਾ ਠੀਕ ਹੈ ਜੀ ਹੁਣ ਆਪਾਂ ਨੂੰ ਇਹਦੇ ਵਿੱਚ ਇੱਦਾਂ ਕਰਕੇ ਆਪਾਂ ਗ੍ਰਾਇੰਡ ਕਰ ਲੈਂਦੇ ਹਾਂ ਠੀਕ ਹੈ ਜੀ ਕਿਸੇ ਚੀਜ਼ ਨਾਲ ਪਾ ਕੇ ਥੋੜ੍ਹਾ ਥੋੜ੍ਹਾ ਕਰਕੇ ਤੁਸੀਂ ਆਪਣੇ ਜਾਰ ਵਿੱਚ ਇਹਨੂੰ ਗ੍ਰਾਇੰਡ ਕਰ ਸਕਦੇ ਹੋ ਇੱਦਾਂ ਦਾ ਪੀਸ ਕੇ ਕੁਛ ਤਿਆਰ ਹੋ ਜਾਏਗਾ ਠੀਕ ਹੈ ਜੀ ਪਾਊਡਰ ਟਾਈਪ ਬਣ ਜਾਏਗਾ ਤੁਸੀਂ ਇਹਨੂੰ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਠੀਕ ਹੈ ਚਾਹੇ ਤੁਸੀਂ ਚਾਹੋ ਤਾਂ ਇਹਨੂੰ ਆਪਣਾ ਸਵੇਰੇ ਸ਼ਾਮ
ਦੁੱਧ ਦੇ ਵਿੱਚ ਘੋਲ ਕੇ ਵੀ ਲੈ ਸਕਦੇ ਹੋ ਅਤੇ ਵੈਸੇ ਵੀ ਚਮਚ ਦੀ ਤਰ੍ਹਾਂ ਲੈ ਸਕਦੇ ਹੋ, ਜਿੱਦਾਂ ਤੁਹਾਨੂੰ ਬਨ ਮਤਲਬ ਵਧੀਆ ਲੱਗੇ ਉਸੇ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ। ਅਤੇ ਲਓ ਗਾਈਜ਼ ਆ ਦੇਖੋ ਜੀ ਪਿਸਕੇ ਹੋ ਗਿਆ ਤਿਆਰ। ਠੀਕ ਹੈ ਜੀ, ਤੁਸੀਂ ਚਾਹੋ ਤੈਨੂੰ ਆਪਾਂ ਚਾਸ਼ਨੀ ਬਣਾ ਕੇ ਲੱਡੂ ਵੀ ਬਣਾ ਸਕਦੇ ਹਾਂ। ਵੈਸੇ ਤਾਂ ਜ਼ਿਆਦਾਤਰ ਜਿੰਨਾ ਆਪਾਂ ਇਹਨੂੰ ਪਾਊਡਰ ਨੂੰ ਮਤਲਬ ਦੁੱਧ ਦੇ ਨਾਲ ਖਾਵਾਂਗੇ ਜਾਂ ਪਾਣੀ ਜਿਸ ਤਰ੍ਹਾਂ ਵੀ ਘੋਲ ਕੇ ਵਿੱਚ ਖਾਵਾਂਗੇ ਤਾਂ ਬਹੁਤ ਵਧੀਆ ਹੁੰਦਾ। ਠੀਕ ਹੈ ਜੀ, ਬਣਾਓ ਅਤੇ ਮੈਨੂੰ ਜ਼ਰੂਰ ਦੱਸਿਓ। ਠੀਕ ਹੈ, ਬਹੁਤ ਵਧੀਆ ਚੀਜ਼ ਹੈ, ਤੁਹਾਡੇ ਗੋਡਿਆਂ ਦਰਦਾਂ ਅਤੇ ਹਰ ਚੀਜ਼ ਲਈ ਬੈਨੀਫਿਟ ਹੈ। ਅਤੇ ਲਓ ਜੀ, ਜਿਵੇਂ ਮੈਂ ਬਣਾਇਆ ਨਾ ਸੇਮ ਤੁਸੀਂ ਇਸੇ ਤਰ੍ਹਾਂ ਬਣਾਇਓ ਅਤੇ ਬਹੁਤ ਵਧੀਆ ਚੀਜ਼ ਹੈ ਮਿਲਦੀ ਹੈ।